ਬਠਿੰਡਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਦੇ ਲਈ ਅੱਜ ਟਾਟਾ ਐਸ ਅਤੇ ਛੋਟੇ ਹਾਥੀ ਵਾਲੇ ਹੋਏ ਬਠਿੰਡਾ ਦੇ ਅੰਬੇਡਕਰ ਪਾਰਕ ਵਿਖੇ ਇਕੱਠੇ ਅਤੇ ਵਿਗਾੜੂ ਵਾਹਨਾਂ ਨੂੰ ਬੰਦ ਕਰਨ ਦੀ ਕੀਤੀ ਮੰਗ। ਇਸ ਮੌਕੇ ਬੁਲਾਰਾ ਨੇ ਬੋਲਦਿਆਂ ਕਿਹਾ ਕਿ ਇਹ ਜਿਹੜੇ ਵਿਗਾੜੂ ਵਾਹਨ ਹਨ ਇਹ ਬਿਲਕੁਲ ਗਲਤ ਚੱਲ ਰਹੇ ਹਨ। ਅਸੀਂ ਇਸ ਸੰਬੰਧੀ ਹਾਈਕੋਰਟ ਦੇ ਵਿੱਚੋਂ ਕੇਸ ਵੀ ਦਿੱਤੇ ਹੋਏ ਹਾਂ ਅਤੇ ਹੁਣ ਸਾਡਾ ਇੱਕ ਹੋਰ ਕੇਸ ਇਸ ਤਰ੍ਹਾਂ ਦਾ ਹੀ ਚੱਲ ਰਿਹਾ। ਹਾਈਕੋਰਟ ਦੇ ਆਦੇਸ਼ਾਂ ਦੀ ਅਸੀਂ ਪਾਲਣਾ ਕਰਵਾਉਣ ਦੇ ਲਈ ਅੱਜ ਬਠਿੰਡਾ ਦੇ SSP ਅਤੇ ਬਠਿੰਡਾ ਦੇ DC ਨੂੰ ਮਿਲਣ ਜਾ ਰਹੇ ਹਾਂ। ਉਹਨਾਂ ਕਿਹਾ ਕਿ ਇਹਨਾਂ ਨੂੰ ਜਲਦੀ ਬੰਦ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਵੱਲੋਂ ਸੰਘਰਸ਼ ਵਿੱਢੇ ਜਾਣਗੇ। ਹਾਂਜੀ, ਮੇਰਾ ਨਾਮ ਸੁਖਦੇਵ ਸਿੰਘ ਹੈ ਜੀ। ਸ਼ਹੀਦ ਭਗਤ ਸਿੰਘ ਵੈਲਫੇਅਰ ਐਸੋਸੀਏਸ਼ਨ ਪੰਜਾਬ, ਮੈਂ ਜ਼ਿਲ੍ਹਾ ਬਠਿੰਡਾ ਦਿਹਾਤੀ ਦਾ ਪ੍ਰਧਾਨ ਹੈ ਜੀ। ਗੋਨਣਾ ਮੰਡੀ ਸਾਡੀ ਯੂਨੀਅਨ ਹੈ ਜੀ। ਅੱਜ ਅਸੀਂ ਇਕੱਠੇ ਹੋਏ ਹਾਂ ਜੀ, ਸਾਰੀਆਂ ਯੂਨੀਅਨ, ਸਾਰਾ ਬਠਿੰਡਾ ਜ਼ਿਲ੍ਹਾ, DC ਸਾਹਿਬ ਨੂੰ ਮੰਗ ਪੱਤਰ ਦੇਣ ਆਏ ਹਾਂ ਜੀ। ਇਹ ਜਗਾੜੂ ਰੇੜੀਆਂ ਦੇ ਬਾਬਤ ਜੀ, ਕਿਉਂਕਿ ਜਦੋਂ ਦੀਆਂ ਇਹ ਜਗਾੜੂ ਰੇੜੀਆਂ ਚੱਲੀਆਂ ਨੇ ਅਤੇ ਸਰਕਾਰ ਦੇ ਇਹ ਕਮਾਊ ਪੁੱਤ ਬਣੇ ਹੋਏ ਆ, ਕਿਉਂਕਿ ਬਲਕਿ ਕਮਾਊ ਪੁੱਤ ਕੌਣ ਸੀ? ਛੋਟੇ ਹਾਥੀ ਪੇਕਅਪ ਵਾਲੇ ਜਿਹੜੇ ਗੌਰਮੈਂਟ ਨੂੰ ਟੈਕਸ ਪਾਸਿੰਗਾਂ ਦੇ ਪੈਸੇ ਦਿੰਦੇ ਸੀ, ਉਹਨਾਂ ਨੂੰ ਕੋਈ ਟੈਕਸ ਨਹੀਂ ਹੈਗਾ। ਦੇਖੋ, ਉਹ 2-ਵੀਲਰ ਹੈ, ਜੇ 2-ਵੀਲਰ 'ਤੇ ਆਪਾਂ 3 ਜਣੇ ਚੜ੍ਹਦੇ ਹਾਂ ਤਾਂ ਉਹਦਾ ਚਲਾਨ ਕੱਟਿਆ ਜਾਂਦਾ, ਇਵਨ ਕਿ ਉਹਨੂੰ ਬੌਂਡ ਵੀ ਕੀਤਾ ਜਾਂਦਾ। ਇਹਨਾਂ ਨੂੰ ਕੋਈ ਪੁੱਛਦਾ ਹੀ ਨਹੀਂ। ਸਾਡੀਆਂ ਗੱਡੀਆਂ ਛੋਟੇ ਹਾਥੀ ਹੈ, 7 ਕੁਇੰਟਲ ਪਾਸ ਹੈ, ਇਹ 10-10 ਕੁਇੰਟਲ ਪਾ ਕੇ ਤੁਰੇ ਫਿਰਦੇ ਨੇ ਜੀ। ਸਾਨੂੰ ਮਜਬੂਰਨ ਸਾਨੂੰ ਲੋਡ ਵੱਧ ਪਾਉਣਾ ਪੈਂਦਾ ਅਤੇ ਪ੍ਰਸ਼ਾਸਨ ਸਾਨੂੰ ਫਿਰ ਵੀ ਤੰਗ ਕਰਦਾ, ਕਿਉਂਕਿ ਜੇ ਸਾਡਾ ਡਾਲਾ ਖੁੱਲ੍ਹਾ ਹੁੰਦਾ, ਓਵਰ ਹਾਈਟ ਹੋਊਗੀ, ਫਿਰ ਵੀ ਘੇਰਦੇ ਜੀ ਸਾਨੂੰ। ਇਹਨਾਂ ਨੂੰ ਕੋਈ ਰੁਕਾਵਟ ਨਹੀਂ ਜੀ। ਹਾਂਜੀ, ਦੇਖੋ, ਅਸੀਂ ਸੰਘਰਸ਼ ਕਰਦੇ ਹਾਂ ਅਤੇ ਕਰਦੇ ਹੀ ਰਹਿਣਾ। ਸੰਘਰਸ਼ ਹੀ ਇੱਕ ਜ਼ਿੰਦਗੀ ਦਾ ਸਿਸਟਮ ਹੈਗਾ। ਜੇ ਸੰਘਰਸ਼ ਕਰਾਂਗੇ ਤਾਂ ਕੁਛ ਨਾ ਕੁਛ ਲੈ ਡਿੱਗਾਂਗੇ। ਅਸੀਂ ਦੇਖੋ, ਜੇ ਸੰਘਰਸ਼ ਕੀਤਾ ਤਾਂ ਆਹ ਲੈਟਰ ਕੱਢਿਆ ਹੈਗਾ ਪੰਜਾਬ ਕਮਿਸ਼ਨਰ ਨੇ, ਪੁਲਿਸ ਕਮਿਸ਼ਨਰ ਨੇ, ਵੀ ਆਹ ਜਗਾੜੂ ਰੇੜੀ ਜਿਹੜੇ ਅਨਲੀਗਲ ਵਹੀਕਲ ਹੈ ਕੋਈ ਵੀ ਹੈ, ਇਹਨਾਂ ਨੂੰ ਬੰਦ ਕੀਤਾ ਜਾਵੇ ਐਜੂਕੇਸ਼ਨ ਸੈੱਲਾਂ ਰਾਹੀਂ। ਅਸੀਂ ਉਹੀ ਲਾਗੂ ਕਰਾਉਣ ਵਾਸਤੇ ਸਾਰੇ ਬਠਿੰਡੇ ਜ਼ਿਲ੍ਹੇ ਦੇ ਇੱਥੇ ਅਸੀਂ ਓਪਰੇਟਰ ਮਾਲਕ ਖੜ੍ਹੇ ਹਾਂ, ਇਹ DC ਸਾਹਿਬ ਨੂੰ ਦੇਣਾ ਹੈ ਜੀ। ਬਿਲਕੁਲ ਬੰਦ ਹੋਣਾ ਚਾਹੀਦਾ ਜੀ। ਨਹੀਂ ਜਾਰੀ ਕੀਤੀ ਜੀ, ਕਿਉਂਕਿ ਪਹਿਲਾਂ ਮਤਲਬ ਕਿ DGP ਟ੍ਰੈਫਿਕ ਨੇ ਇਹ ਲੈਟਰ ਕੱਢਤਾ ਸੀ, ਬੰਦ ਕਰਤੇ ਸੀ ਜੀ। ਫਿਰ ਜਦੋਂ ਸਾਡੇ CM ਸਾਹਿਬ ਭਗਵੰਤ ਸਿੰਘ ਮਾਨ ਜੀ ਨੇ, ਇਹ ਕਹਿੰਦੇ ਸਾਡੇ ਕਮਾਊ ਪੁੱਤ ਆ, ਵੀ ਚੱਲਣ ਦਿਓ ਇਹਨਾਂ ਨੂੰ, ਕਿਉਂਕਿ ਉਹ ਕਿਹੜਾ ਟੈਕਸ ਭਰਦੇ ਨੇ ਜੀ, ਉਹ ਕਮਾਊ ਪੁੱਤ ਨੇ, ਉਹੀ ਵੋਟਾਂ ਪਾਉਂਦੇ ਜੀ, ਅਸੀਂ ਕਿਹੜਾ ਵੋਟਾਂ ਪਾਉਣੇ ਉਹਨਾਂ ਨੂੰ। ਠੀਕ ਹੈ ਨਾ ਜੀ। ਦੇਖੋ, ਸਾਡੇ ਜਿਹੜੇ ਛੋਟੇ ਹਾਥੀ ਪੇਕਅਪ ਵਾਲੇ ਹੈ, ਉਹ ਬਿਲਕੁਲ ਬੇਰੋਜ਼ਗਾਰ ਹੋਏ ਬੈਠੇ ਆ ਇਸ ਟਾਈਮ 'ਤੇ। ਸਾਡੇ ਕੋਲ ਕੋਈ ਕੰਮ ਨਹੀਂ ਹੈਗਾ, 10-10 ਦਿਨ ਹੋ ਜਾਂਦੇ ਜੀ ਚੱਕਰ ਲਗਾਉਣ ਨੂੰ ਜੀ। ਅੱਜ ਦਾ ਸਾਡਾ ਪ੍ਰੋਗਰਾਮ ਇਹ ਜੀ, DC ਸਾਹਿਬ ਨੂੰ ਅਸੀਂ ਮਿਲਣਾ, ਆਹ ਮੰਗ ਪੱਤਰ ਦੇਣ ਆਏ ਜੀ। ਸਾਡੀ ਪੁਰਜ਼ੋਰ ਇਹੀ ਅਪੀਲ ਹੋਊਗੀ ਵੀ ਇਹ ਜਿਹੜੇ ਲੈਟਰ ਆਏ ਸੀ, ਇਹਨਾਂ ਨੂੰ ਲਾਗੂ ਕੀਤਾ ਜਾਵੇ, ਵੀ ਜਿੰਨੇ ਵੀ ਸਾਡੇ ਮਤਲਬ ਕਿ ਟ੍ਰੈਫਿਕ ਇੰਚਾਰਜ ਨੇ ਰਾਮਪੁਰੇ ਦੇ ਨੇ, ਜਿੰਨੇ ਵੀ ਹੈਗੇ ਨੇ ਬਠਿੰਡੇ ਜ਼ਿਲ੍ਹੇ ਦੇ ਵਿੱਚ, ਉਹਨਾਂ ਨੂੰ ਇਹ ਲੈਟਰ ਦਿੱਤਾ ਜਾਵੇ ਵੀ ਇਹਨਾਂ ਨੂੰ ਪੂਰਨ ਤੌਰ 'ਤੇ ਬੰਦ ਕੀਤਾ ਜਾਵੇ। ਬਿਲਕੁਲ ਜੀ, ਅਸੀਂ ਬੰਦ ਕਰਾਉਣ ਵਾਸਤੇ ਆਏ ਹਾਂ ਜੀ, ਅਸੀਂ ਬੰਦ ਕਰਾਉਣ ਵਾਸਤੇ ਆਏ ਹਾਂ। ਅਸੀਂ ਜਿੰਨਾ ਚਿਰ ਬੰਦ ਨਹੀਂ ਹੋਣਗੇ ਅਸੀਂ ਸੰਘਰਸ਼ ਲੜਦੇ ਰਹਾਂਗੇ ਜੀ, ਇਸੇ ਤਰ੍ਹਾਂ ਜੀ। ਦੇਖੋ, ਫਿਰ ਸਾਡੇ ਅਤੇ ਉਹਨਾਂ ਦੇ ਵਿੱਚ ਫਰਕ ਕੀ ਰਿਹਾ ਜੀ? ਜੇ ਅਸੀਂ ਮੰਨ ਲਓ ਸਰਕਾਰ ਦੀ ਗੱਲ ਹੀ ਨਹੀਂ ਅਸੀਂ ਸੁਣਦੇ, ਆਹ ਦੇਖੋ ਇੱਧਰ ਡਾਕਟਰ ਅੰਬੇਡਕਰ ਸਾਹਿਬ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਹੋਇਆ, ਅਸੀਂ ਇਹਨਾਂ ਦੀ ਹਾਜ਼ਰੀ ਦੇ ਵਿੱਚ ਇਸ ਟਾਈਮ ਖੜ੍ਹੇ ਹਾਂ। ਅਸੀਂ ਕੋਈ ਵੀ ਮਤਲਬ ਕਿ ਪ੍ਰਸ਼ਾਸਨ ਤੋਂ ਉਲਟ ਨਹੀਂ ਜਾਵਾਂਗੇ, ਕਾਨੂੰਨ ਤੋਂ ਵੱਖਰਾ ਨਹੀਂ ਜਾਵਾਂਗੇ ਜੀ, ਅਸੀਂ ਦਾਇਰੇ ਦੇ ਵਿੱਚ ਹੀ ਰਹਿ ਕੇ ਕੰਮ ਕਰਾਂਗੇ। ਦੇਖੋ, ਬਿਲਕੁਲ, ਜੇ ਉਹ ਦੇਸ਼ ਦੇ ਵਸਨੀਕ ਹੈ, ਇੱਕ ਹੋਰ ਹੈ ਜੀ, ਜਿੰਨੇ ਮਤਲਬ ਕਿ ਅੱਜ ਤੱਕ ਜਗਾੜੂ ਰੇੜੀ ਫੜੇ ਗਏ ਨੇ, ਅੱਧੇ ਨਾਲੋਂ ਜ਼ਿਆਦਾ ਚੋਰੀ ਦੇ ਨੇ ਜੀ, ਉਹ ਮੋਟਰਸਾਈਕਲ ਅੱਧੇ ਨਾਲੋਂ ਜ਼ਿਆਦਾ ਚੋਰੀ ਦੇ ਨੇ ਜੀ। ਫਿਰ ਇੱਕ ਹੋਰ ਹੈ ਜੀ, ਸਾਡੀ ਕੋਈ ਮੰਨ ਲਓ ਕਿਤੇ ਗੱਡੀ ਲੱਗ ਜਾਂਦੀ ਹੈ ਅਤੇ ਸਾਨੂੰ ਨਾਲ ਦੀ ਨਾਲ ਘੇਰਿਆ ਜਾਂਦਾ, ਕਿਉਂਕਿ ਸਾਡੇ ਕੋਲ ਭਾਵੇਂ ਬੀਮੇ ਹੁੰਦੇ ਨੇ, ਉਹਨਾਂ ਕੋਲ ਕੁਛ ਵੀ ਨਹੀਂ ਹੁੰਦਾ ਜੀ, ਉਹਨਾਂ ਨੂੰ ਕੋਈ ਪੁੱਛਦਾ ਸੀ ਨਹੀਂ ਜੀ, ਕਿੰਨੇ ਹਾਦਸੇ ਹੁੰਦੇ ਆ, ਕਿੰਨੀਆਂ ਜਾਨਾਂ ਜਾਂਦੀਆਂ ਜੀ ਇਹਨਾਂ ਜਗਾੜੂਆਂ ਵਹੀਕਲਾਂ ਦੇ ਕਰਕੇ ਜੀ। ਅਸੀਂ ਤਾਂ CM ਸਾਹਿਬ ਨੂੰ ਕਹਾਂਗੇ ਜੀ, ਕਿਉਂਕਿ ਜਦੋਂ ਟ੍ਰੈਫਿਕ ਮਤਲਬ ਕਿ DGP ਨੇ ਔਰਡਰ ਦੇ ਤੇ ਭਾਈ ਆਹ ਦੇਖੋ ਇਹ ਪੂਰਨ ਤੌਰ 'ਤੇ ਲਾਗੂ ਹੋ ਜਾਣਗੇ, ਇਹਨਾਂ ਨੂੰ ਬੰਦ ਹੀ ਹੋਣੇ ਚਾਹੀਦੇ ਆ, ਅਤੇ CM ਸਾਹਿਬ ਕਹਿੰਦੇ ਸਾਡੇ ਕਮਾਊ ਪੁੱਤ ਨੇ ਵੀ ਇਹਨਾਂ ਨੂੰ ਚੱਲਣ ਦਿਓ। ਦੇਖੋ, ਜੇ ਅਸੀਂ ਪਹਿਲਾਂ ਗੱਡੀਆਂ ਸਾਡੇ ਕੋਲ ਨਹੀਂ ਸੀ, ਅਸੀਂ ਕੋਈ ਹੋਰ ਕੰਮ ਕਰਦੇ ਸੀਗੇ, ਇਹ ਵੀ ਤਾਂ ਇੰਨੇ ਜਦੋਂ ਜਗਾੜੂ ਰੇੜੀਆਂ ਨਹੀਂ ਸੀ ਉਦੋਂ ਵੀ ਤਾਂ ਕੋਈ ਹੋਰ ਕੰਮ ਕਰਦੇ ਸੀਗੇ,
असी कहने ये जगाड़ू वेच के दायरे के कानून के दायरे के आन भी आप दे कोई गड्डिया ले आन असी इन्हों साथ देवे असी बिल्कुल जी जो ये बिल्कुल कानून तो उल्ट चलन गए तो कानून ने तो उल्ट होना ही असी तो उल्ट होना ही होना है जी। नाम मेरा बचन सिंह है जी, बठिंडा गुरु रामदास यूनियन हूँ जिला प्रधान बनाया मिनी ट्रांसपोर्ट पंजाब का। इस बेस से अज मंग पत्र दे रहे हैं डीसी साहब न जी, जोड़ा लैटर निकलिया है साडा जो हाई कोर्ट वालों सुप्रीम कोर्ट वालों जो लैटर निकलिया वो लैटर तो निकल गया पर सरकार कोई भी इनू लागू नहीं कर रही जी। लैटर च लिखे आया कि जगाड़ू वाहन है जोड़ा बंद करने का आदेश निकलिया पर इन लागू नहीं कर रहे, वो फिर बेखौफ होकर चली जाते हैं सिकंजा कुछ साड़ी गड्डियां ने कसया जा रहा है क्योंकि सा लैटर तो निकलिया जगाड़ू वाहन बंद करन दा ते रोक साड़ी गड्डी नूं रहा उल्ट चल रहा काम जे साडे गड्डिया दे बहुत चलान हो रहे हैं कि गड्डी वाले पहले साडे बेरोजगार है जगाड़ू वाहन काम करी जांदे है असी साडे सारे ही वेले बैठे रहिंदे है ते काम सानूं बिल्कुल भी है नहीं गा क्योंकि साडी माली हालत बहुत ज़्यादा माड़ी हो रही है पर सरकार सुन नहीं रही कोई। साडा नुकसान हो रहा जिन्ना भी छोटा हाथी जिन्ना पास है 7 क्विंटल पास है 10-10 क्विंटल तो जुगाड़ू वाहन आड़े मोटरसाइकिल रेहड़ी वाले पाई फिरते हैं जी। असी माल वध पावांगे सानू माल व्यापारी मल्लो मल्ली पिकअप गड्डी का माल मिलेगा, पिकअप गड्डी 407 का पा रही है 407 ट्रक का पा रही है। इस करके असी इसे सरकार नू भाई बेनती करन आया भाई जिहड़े जुगाड़ू वाहन चल रहे बेखौफ चल रहे इन्हां ते नकेल कसो कि जिहड़ी साडे साडा भी कोई माड़ा मोटा दर्द देखिया जाए। साडा फिर पंजाब लेवल ते देखो जी जिन्ने साडे हाई कमांड हैगे जिन्ने भी असी पंजाब लेवल ते कोई वड्डा धरना ही फिर लिखांगे जी। वह रिजल्ट कुछ नहीं निकल सरकार दे पता नहीं प्रमाद ज की है कि सुनते नहीं पे पता नहीं उन्होंने सुना ही कर रही है मोटरसाइकिल रेहड़ियां पता नहीं रब जाने उन्होंने किन्नी कमाई करके दे रहे हैं। साढ़े जोड़े कमर्शियल वाहन है टैक्स पासिंग सारा कुछ कराने सरकार को साडा पैसा ही इतों कट्ठा होंगे तो फिर साड़ी सुनाई नहीं कर रही उन्होंने सुनाई ज़्यादा कर रही है। ये देखो सरकार को की बेनीफिट हो रहा है उन्होंने तो सानू कुछ नहीं पता इस चीज़ बारे। अज का साडा डीसी साहब नूं बठिंडा असी मंग पत्र देना है भी इनू जल्दी तो जल्दी लागू किया जाए कि सानू जिहड़े असी वेले रह जाने असी बहुत बेरोजगार हो बैठे हाँ तो मोटरसाइकिल रेहड़ियाँ कोई मंडी का चारों पासे उही काम करन जांदे हैं सानू असी भी बिल्कुल बेरोजगार बैठे हाँ जे उन्होंने ना कोई किया तो असी पंजाब लेवल तो कोई वड्डा धरना लिखांगे जी। नाम मेरा बचन सिंह है जी, बठिंडा गुरु रामदास यूनियन हूँ जिला प्रधान बनाया मिनी ट्रांसपोर्ट पंजाब का। इस बेस से अज मंग पत्र दे रहे हैं डीसी साहब नू जी, जिहड़ा लैटर निकलिया है साडा जिहड़ा हाई कोर्ट वालों सुप्रीम कोर्ट वालों जिहड़ा लैटर निकलिया है वो लैटर तो निकल गया पर सरकार कोई भी इनू लागू नहीं कर रही जी। लैटर च लिखे आया कि जगाड़ू वाहन है जिहड़ा बंद करने का आदेश निकलिया पर इन लागू नहीं कर रहे, वो फिर बेखौफ होकर चली जाते हैं